ਹੈ ਬੇਟੇ ਵੀ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਨਾ, ਸੰਘਰਸ਼ ਦਾ ਮਤਲਬ ਇਹ ਨਹੀਂ ਕਿ ਅਸੀਂ ਲਾਲ ਕਿਲੇ ਦੀ ਕੰਧ 'ਤੇ ਚੜ੍ਹ ਜਾਣਾ ਹੁੰਦਾ। ਜੇ ਸ਼ੰਭੂ ਬਾਰਡਰ 'ਤੇ ਵੀ ਸਾਨੂੰ ਰੋਕ ਲਿਆ, ਅਸੀਂ ਦਿੱਲੀ ਪਹੁੰਚ ਗਏ, ਉਹ ਰੋਕਦੇ ਤਾਂ ਇਹਨੇ ਦਿੱਲੀ ਆ ਜਾਣਾ। ਬਿਲਕੁਲ ਯਾਦ ਰੱਖ, ਨਾ ਗਾਲ, ਨਾ ਲਲਕਰਾ, ਨਾ ਜੈਕਾਰਾ, ਨਾ ਚੱਕ ਦਿਆਂਗੇ, ਨਾ ਵੱਢ ਦਿਆਂਗੇ, ਬਿਲਕੁਲ ਬੰਦ। ਇਹ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਪੰਜਾਬ ਦੇ ਲੋਕ, ਸਾਰਾ ਹਿੰਦੁਸਤਾਨ ਬੜਾ ਹੈਰਾਨ ਹੈ, ਖਾਸ ਤੌਰ 'ਤੇ ਰਾਜਕਰਤਾ ਸ਼੍ਰੇਣੀ ਵੀ, ਜਿਨ੍ਹਾਂ ਨੂੰ ਅਸੀਂ ਜੱਟ ਬੂਟ ਕਹਿੰਦੇ ਸੀ, ਦੋ ਸ਼ਬਦ ਬੋਲਿਆ, ਜੱਟ ਬੂਟ। ਯਾਰੋ ਇੰਨੇ ਸ਼ਾਂਤ, ਵਧਾਈ ਦੇ ਪਾਤਰ ਹੋ ਤੁਸੀਂ। ਔਰ ਸਦਾਣਾ ਸਾਹਿਬ ਨੇ ਜਿਵੇਂ ਦੱਸਿਆ ਵੀ ਜੋ ਕਰਤੂਤ ਕਰੂਗੀ ਰਾਜਕਰਤਾ ਸ਼੍ਰੇਣੀ ਕਰੂਗੀ, ਕਿਸਾਨ, ਮਜ਼ਦੂਰ, ਕਲਾਕਾਰ, ਛੋਟਾ ਵਪਾਰੀ, ਕਰਮਚਾਰੀ, ਇਹ ਕਦੇ ਵੀ ਕਿਸੇ ਪ੍ਰਕਾਰ ਦੀ ਹੁਲੜਬਾਜ਼ੀ ਨਹੀਂ ਕਰਦੇ, ਨਾ ਇਹ ਗਦਾਰੀ ਕਰਦੇ ਆ, ਨਾ ਇਹ ਗੁੰਡਾਗਰਦੀ ਕਰਦੇ ਆ, ਇਹ ਤਾਂ ਦੇਸ਼ ਦੇ ਖੂਨ ਦੇ ਵਿੱਚ ਆਪਦਾ ਖੂਨ ਪਾਉਂਦੇ ਆ। ਬਾਪੂ ਜੀ, ਤੁਸੀਂ ਹਰਿਆਣੇ ਨਾਲ ਸੰਬੰਧਿਤ ਹੋ ਬਾਕਾਇਦਾ, ਤੁਹਾਨੂੰ ਕੀ ਲੱਗਦਾ ਵੀ ਹਰਿਆਣਾ ਸਰਕਾਰ ਕੀ ਕਰੂਗੀ 26 ਤਾਰੀਖ? ਬੇਟਾ ਹਰਿਆਣਾ ਸਰਕਾਰ ਤਾਂ ਤੁਹਾਨੂੰ ਪਤਾ ਵੀ ਸਾਡੇ ਲੋਕਾਂ ਤੋਂ ਉੱਥੋਂ ਗਲਤੀ ਹੋ ਗਈ, ਤੁਹਾਨੂੰ ਪਤਾ ਨਾ ਗਲਤੀ ਅਸੀਂ ਕੀਤੀ ਹੈ। ਜੇ ਸਾਰਾ ਹਿੰਦੁਸਤਾਨ ਗਲਤੀ ਕਰ ਲਿਆ ਤਾਂ ਪੁੱਤ ਅਸੀਂ ਵੀ ਕਰ ਗਏ, ਅਸੀਂ ਜ਼ਿਆਦਾ ਪੜ੍ਹੇ ਨਹੀਂ ਨਾ ਤੁਹਾਡੇ ਪੰਜਾਬ ਨਾਲੋਂ, ਬਹੁਤ ਪਿੱਛੇ ਫਿਰਦੇ ਹਾਂ। ਉੱਥੇ ਸਾਨੂੰ ਹਿੰਦੂ ਧਰਮ ਸਾਡਾ ਖਤਰੇ 'ਚ ਆ ਗਿਆ। ਨਹੀਂ ਮੈਂ ਬੇਸ਼ੱਕ ਪੜ੍ਹ ਜਾ, ਮੈਂ ਸਾਰਿਆਂ ਕੋਲ ਥੋੜ੍ਹਾ ਜਿਹਾ, ਮੈਂ ਇੱਥੇ ਤਾਂ ਮੇਰਾ ਭਰਾ ਨਹੀਂ ਲੋਟ ਆਉਂਦਾ। ਉਹ ਕਹਿੰਦਾ ਬਾਪੂ ਹਾਂ, ਉਹ ਕਹਿੰਦਾ ਬਾਈ ਜੀ ਪੜ੍ਹਿਆ ਹੋਵੇਗਾ, ਜੇ ਤੈਨੂੰ ਨਾ ਪੜ੍ਹਾਉਂਦਾ ਮੈਂ ਭੇਡਾਂ ਚਾਰ ਲਾਂ ਤਾਂ ਫਿਰ ਤੂੰ ਕੀ ਕਰਦਾ? ਗੱਲ ਤਾਂ ਉਹਦੀ ਸੱਚੀ ਹੈ ਵੀ ਜੇ ਮੈਨੂੰ ਨਾ ਚੰਡੀਗੜ੍ਹ ਭੇਜਦਾ, ਜਿੱਦੇ ਮੈਂ ਚੰਡੀਗੜ੍ਹ ਆਇਆ, ਤੁਸੀਂ ਹੈਰਾਨ ਮੰਨੋਗੇ ਕਿ ਮੈਂ ਆੜਤੀਆਂ ਤੋਂ ਮੇਰਾ ਬਾਬਾ ਨਾਲ ਗਿਆ, 1300 ਰੁਪਇਆ ਲੈ ਕੇ ਆਇਆ ਸੀ, 1300 ਅਤੇ ਇੰਨੇ ਕਰ ਗਿਆ। ਅਤੇ ਤੁਸੀਂ 1300 ਨਾਲ ਤੁਸੀਂ ਪਹਿਲੀ ਜਮਾਤ ਦੇ ਜਵਾਕ ਨੂੰ ਇਹ ਨਹੀਂ ਸਿਖਾ ਸਕਦੇ, ਅੱਜ ਸਿਖਾ ਦੇ ਤਾਂ ਮੰਨ ਜਾਂਦੇ, ਇੰਨੇ ਖੜ੍ਹੇ ਆਪਾਂ ਬੈਠੇ ਹਾਂ। ਉੱਥੇ ਗਲਤੀਆਂ ਹੋਈਆਂ ਨੇ, ਕੋਈ ਗੱਲ ਨਹੀਂ, ਗਲਤੀ ਸੁਧਰ ਜੂ, ਹਰਿਆਣੇ ਦੇ ਲੋਕਾਂ ਤੋਂ ਗਲਤੀਆਂ ਵੀ ਹੋਈਆਂ ਨੇ ਅਤੇ ਹਰਿਆਣੇ ਦੇ ਲੋਕ ਗਲਤੀਆਂ ਦਰੁਸਤ ਵੀ ਕਰਨ ਜਾਣਦੇ ਨੇ। ਤੁਹਾਨੂੰ ਪਤਾ ਵੀ 1857 ਦੇ ਗਦਰ 'ਚ ਸਭ ਤੋਂ ਵੱਧ ਅੰਗਰੇਜ਼ ਅਸੀਂ ਠੋਕੇ ਸੀ, ਸਭ ਤੋਂ ਵੱਧ ਅੰਗਰੇਜ਼ਾਂ ਦੀਆਂ ਜਿਹੜੀਆਂ ਸਮਾਧਾਂ ਸਾਡੇ ਸਰਸੇ ਨੇ। ਤੁਹਾਨੂੰ ਅਗਲੀ ਕਰਤੂਤ ਦੀ ਗੱਲ ਦੱਸਦਾ, ਉਹਨਾਂ ਨੇ ਤਾਂ ਸਾਨੂੰ ਮਾਰਿਆ ਸੀ, ਤੋਪਾਂ ਨਾਲ ਲੜਾਇਆ ਸੀ ਇੱਕ ਪਿੰਡ ਨੂੰ ਤੋਪਾਂ ਨਾਲ। ਹੁਣ ਜੇ ਅਸੀਂ ਬਜ਼ੁਰਗਾਂ ਕੋਲੋਂ ਸੁਣਦੇ ਹਾਂ ਨਾ, ਮੇਰੀ 70 ਸਾਲ ਦੀ ਉਮਰ ਹੈ, ਉਹ ਕਹਿੰਦੇ ਪੁੱਤ ਆਹ ਆਪਣੇ ਪਚਾਦਿਆਂ ਦਾ ਪਿੰਡ ਸੀ ਅਤੇ ਅੰਗਰੇਜ਼ ਨੇ ਤੋਪਾਂ ਨਾਲ ਉਡਾਤਾ, ਅਜੇ ਤੱਕ ਪਿਆ। ਪਰ ਕਿਰਦਾਰ ਵੇਖੋ ਲੋਕਾਂ ਦਾ, ਇੱਕ ਅੰਗਰੇਜ਼ ਮੇਮ ਵਿਚਾਰੀ ਭੱਜ ਕੇ ਕਿਸੇ ਕਾਰੀਗਰ ਦੇ ਘਰੇ ਜਾ ਵੜੀ, ਕਾਰੀਗਰ ਪਰਿਵਾਰ। 1857 ਦਾ ਅੰਦੋਲਨ ਫੇਲ ਹੋ ਗਿਆ, ਲੋਕ ਕੁੱਟੇ ਗਏ, ਜਿਹੜੇ ਉਹਨਾਂ ਦੇ ਬੱਚੇ ਘਰ ਵਾਲੀਆਂ ਦਫ਼ਤਰ ਛੱਡ ਕੇ ਭੱਜੇ ਸੀ ਉਹਨਾਂ ਦੀ ਤਲਾਸ਼ ਸ਼ੁਰੂ ਹੋ ਗਈ, ਅਤੇ ਅੰਗਰੇਜ਼ ਔਰਤ ਉਸ ਕਾਰੀਗਰ ਦੇ ਘਰੇ ਮਿਲ ਗਈ। ਪਹਿਲਾਂ ਤਾਂ ਕਾਰੀਗਰ ਭੜਕਾ ਤਾ ਉਹਨਾਂ ਨੇ, ਮੈਂ ਤਾਂ ਹੈਰਾਨ ਵੀ ਉਹਨਾਂ ਨੇ ਗੋਲੀ ਕਿਉਂ ਨਹੀਂ ਮਾਰੀ ਉਸੇ ਵਕਤ ਜਦੋਂ ਦੂਜਿਆਂ ਨੇ ਮਾਰੀ ਸੀ। ਫੜੀ, ਗੱਲ ਕੀਤੀ, ਉਹਨਾਂ ਨੂੰ ਕਿਹਾ ਵੀ ਤੇਰੇ ਨਾਲ ਕਿਵੇਂ ਬਿਹੇਵ ਕੀਤਾ, ਅਸੀਂ ਮੋਰ ਦੈਨ ਫਾਦਰ, ਮੋਰ ਦੈਨ ਫਾਦਰ। ਅਨਪੜ੍ਹ ਬੰਦਾ, ਕਾਰੀਗਰ, ਅੰਗਰੇਜ਼ ਮੇਮ ਜਿਹਦੇ ਸਾਰੇ ਅਫਸਰਾਂ ਨੇ ਸਾਡੇ ਸਾਰੇ ਇਲਾਕੇ ਨੂੰ ਤੋਪਾਂ ਨਾਲ ਉਡਾਇਆ, ਅਸੀਂ ਉਹਨਾਂ ਦੀ ਜਨਾਨੀ ਨੂੰ ਧੀ ਬਣਾ ਕੇ ਰੱਖਿਆ। ਇਹ ਕਿਰਦਾਰ ਸੀ ਹਰਿਆਣੇ ਦਾ ਭਾਈ ਜਾਨ, ਸਾਥ ਉਹਨਾਂ ਦਾ ਫਿਕਰ ਨਾ ਮਨ, ਅਸੀਂ ਫੱਟੇ ਚੱਕ ਦਿਆਂਗੇ, ਅਸੀਂ ਪੰਜਾਬ ਦੇ ਨਾਲ ਹਾਂ। ਦੇਖੋ ਹਾਂ, ਤੁਸੀਂ ਬੇਟਾ ਬਹੁਤ ਵਧੀਆ ਸਵਾਲ ਕੀਤਾ ਬੇਟੇ ਨੇ। ਇੱਕ ਬੇਟਾ ਬਹੁਤ ਵਿਦਵਾਨ ਹੈ, ਉਹਦਾ ਨਾਂ ਨਿਓਮੀ ਕਲੇਨ, ਠੀਕ ਹੈ ਬੱਚੇ, ਅੰਗਰੇਜ਼ੀ 'ਚ ਲਿਖੀ ਆ ਕਰਮਾ ਸੇਤੀ, ਉਹਦਾ ਪੰਜਾਬੀ 'ਚ ਅਨੁਵਾਦ ਹੋ ਗਿਆ, ਤੁਸੀਂ ਜ਼ਰੂਰ ਪੜ੍ਹਿਓ, ਤੁਹਾਨੂੰ ਮੈਂ ਜ਼ਰੂਰ ਕਹੂੰਗਾ ਤੁਸੀਂ ਲਾਜ਼ਮੀ ਪੜ੍ਹਿਓ। ਉਹ ਲਿਖਦੀ ਹੈ ਲੜਕੀ ਵੀ ਜਦੋਂ ਸਰਕਾਰਾਂ ਅਤੇ ਖਾਸ ਤੌਰ 'ਤੇ ਸਰਮਾਏਦਾਰੀ ਨਿਜ਼ਾਮ ਸੰਕਟ ਦਾ ਕਿਰਿਆ ਹੋਵੇ, ਉਹ ਫਿਰ ਬਣਾਉਟੀ ਖਤਰੇ ਪੈਦਾ ਕਰਦੀ ਹੈ, ਬਣਾਉਟੀ ਬਿਮਾਰੀਆਂ ਪੈਦਾ ਕਰਦੀ ਹੈ, ਬਣਾਉਟੀ ਲੜਾਈਆਂ ਪੈਦਾ ਕਰਦੀ ਹੈ। ਇਹ ਆਪਣੀ ਸਰਕਾਰ ਨੇ, ਅਮੈਰੀਕਾ ਨੇ, ਕਿਉਂਕਿ ਸਰਮਾਏਦਾਰੀ ਨਿਜ਼ਾਮ ਖਤਰੇ ਵਿੱਚ ਹੈ, ਉਹਨਾਂ ਨੇ ਫਿਰ ਕਰੋਨਾ ਭਾਲਿਆ, ਕਰੋਨਾ ਆਪਾਂ ਵੀ ਲੈ ਲਿਆ। 24 ਮਾਰਚ ਤੱਕ ਤਾਂ ਕਰੋਨਾ ਕੁਛ ਨਹੀਂ ਕਹਿੰਦਾ ਸੀ, ਅਤੇ 24 ਮਾਰਚ ਵਾਲੀ ਰਾਤ ਨੂੰ ਉੱਤੋਂ ਹੀ ਆ ਗਿਆ ਆਪਣੇ 'ਤੇ,
ते सारे घर च बंद करते, डांगा फड़ातियां पुलिस के हाथ च भी टीका तो है नहीं, तो मोर च डांग मारो करोने का इलाज हो जू, तो हूँ तक थोड़े डांग बजी जाती है। दिल्ली च करोना हूँ ज्यादा सिर चक गया, क्यों चक गया उन्होंने पता भी किसान आ रहे हैं। बेटा केजरीवाल केड़े बाग की मूली है, वो केड़े बाग की मूली है पुत, वो कारपोरेट सैक्टर का एक निका जहा चूहा है बलूंगड़ा। जे मोदी की 56 इंच की छाती पुलथलों की लंघ सकती है, केजरीवाल की कर दू बेच सारी एक गल है। मामे भूआ के पुत ने कोई कहे का फफड़ा नहीं बेटा, मजबूरी बस खड़ा वो जन चढ़िया हुआ उत्थे बैठा ब्याह च कुड़मा कुड़मी वरतन गए। हाँ दूषणबाजी कर तो काम कोई नहीं, कोई भारत माता की चिंता थोड़ा ना, थोड़े हितों की चिंता ना, थोड़ी विद्या की चिंता ना, थोड़ी सेहत की चिंता ना, थोड़ी सुरक्षा की चिंता, वो एको चिंता भी सारे हिंदुस्तान में लत थलों की किमें क्ढना। उस तो बाद जी हजूर मी लॉर्ड योर ऑनर हिज एक्सेलेंसी तो सर कह के असी कारपोरेट सैक्टर के दरवाजे च आ जाएंगे। यह उन्होंने प्राप्ति है, उन्होंने अपनिया वोटों से 66,000 करोड़ रुपया कितों मिलता है, चाह के कप चो तो पुत निकलता नहीं, जो निकलता दस दो मैं थोड़े नाल तुहानू मज दे देना करूँ, नीरा चारा नू मैं पाऊँ, दुध तुम पायो तो चाह बेचो, जो तुम वो 10 रुपये भी बचा लो तो वह गोहा नहीं चक्या जाना। ये को 66,000 करोड़ कितों आ गया पुत, पता लगे उन्होंने पूछे तो सी भी साड़ी भारत माता के जाए आपके पास इतने नोट कहाँ से आए। ठीक है ना जी, एक गल दसो भी हाँ साड़ी गिनती भारत विच ज्यादा हुंदी, हाँ जे साड़ी वोटां ज्यादा हुंदियां, हाँ तां भी इह हुंदा साडे नाल। किस प्रकार की गिनती पुत, पंजाबियों की? देखो पुत गल ये थोड़ा सवाल बहुत गहरा, तो सरकार को यह सवाल बड़ा रास आता है। कुमार ने तीन खतरे ने हिंदुस्तान च पुत, भी भारत माता को खतरा है पक्का, धर्म को खतरा, फिर पंथ को खतरा, तीन खतरे 24 घंटे बरकरार रहे। मैं कहना भी भारत माता के सुरक्षा की जिन्होंने ठेका लै रख्या, धर्म का ठेका लै रख्या, पंथ का ठेका लै रख्या, इन्हों तो पुत थानू खतरा है, इन्हों कदे कुछ नहीं होया, कौड़ी बेल मंगू बढ़ दिया है पिछले 20 साल इन्हों के ठेकेदारों का तुम ढिड अंदर होया वेख्या, कुड़ते पुराने वेच आनों हट गए, एचकना बदलनिया पै गई, रे पजामे नवे सोने पै गए, कोई पुराना लोट नहीं आ रहा, तंग हो गया। इस करके ये कोई खतरा नहीं है, खतरे एक क्रिएट करते, उन्हें पता है भी बहु रंगा देश है, बहु भाषाई देश है, बहु सभ्याचारक देश है, इन्नी दुनिया ते किते भी विभिन्नता, विभिन्नता का लफ्ज पैड़ा सुवन्नता किते भी नहीं है, ये भांत भांत के फुलों की खुशबू का देश है। जदों इत्थे किसी अवतार नूं आउणा हुंदा ते इत्थे आउंदा, अमरीका च नहीं जन्म लैंदा, उन्हें पता मैं उत्थे की लैणा, हाथ तो धोने नहीं बाथरूम जाने तो बाद, अवतार ने की लेना उसी 100 बारी सुचे होंने हो, फिर भी कहने कहीं झूठे ना हो जाए। इस करके देश की बिना गल तो खतरे करते ने, कोई खतरा नहीं। कमाल है भगत सिंह, राजगुरु, सुखदेव, सुखदेव कितों का, भगत सिंह कितों का, राजगुरु कितों का, ये फांसी कितने चढ़ते है, लाहौर अंग्रेज नूं ते खतरा हो गया सी, थोड़िया तो बाई जी फांसियां दे रस्से सांझे, थोड़ा दुख सांझा, थोड़ी भुख सांझी, थोड़ी कुख सांझी, थोड़ा मुख सांझा, इस गल तो डरते हैं, थोड़ी ये सोच तो डरते ने। एक होर सवाल है जी, हाँ पुत्र, किसान ने कहा कि 26 और 27 का प्रोग्राम है जान दा दिल्ली, हो गए, लेकिन अगर कुछ हल ना निकले कितने दिन होर बैठोगे? देखो बेटा गल सुन, क्या बात है, कोई बात ये पुत लंबाई तो नहीं, इन्हू है भी किसान हफ जाएंगे, याद रखियो
किसान का पुत सारी सारी रात तुरे फिर खेत की बटते तुरदा तो हफ्ता नहीं बह के किवें हफजू। तुम ए करो किसी बंदे मेरे नाल खेत चलो मैं खेती करा मैं तुम्हें खेत की बुकल भी मरवा दूँ। तुम एक वटते